ਬਲੋਚ ਸਾਹਿਬ ਆਫ ਕੋਟਾ ਤੋਂ, ਇਹਨਾਂ ਦੇ ਬਾਅਦ ਕਾਲੀ ਉਲਕ ਸਾਹਿਬ ਸ਼ਾਇਰ ਆਲੇ ਮੁਹੰਮਦ ਜਨਾਬ ਅਹਿਮਦ ਅਲੀ ਜਾਫਰੀ ਸਾਹਿਬ ਆਫ ਅਲੀਪੁਰ, ਉਹਨਾਂ ਦੇ ਬਾਅਦ ਮੌਲਾਨਾ ਸ਼ਰਾਫਤ ਅਬਾਸ ਰਾਕਿਰ ਸਾਹਿਬ, ਔਰ ਆਖਰ ਚ ਇਨਸ਼ਾਅੱਲਾ ਜ਼ਾਕਰ ਹਬੈਸ ਸੈਦ ਹਜ਼ਰਤ ਇਮਰਾਨ ਸ਼ਿਰਾਜ਼ੀ ਸਾਹਿਬ ਤਰੇਵੀ ਜ਼ੇ ਲਾਜ ਇਨਸ਼ਾਅੱਲਾ ਬਸਰੀਦਾਨ ਅਫਜ਼ਲ ਖਾਨ ਇੰਤਜ਼ਾਰ ਤੇ ਮਜਲਿਸ ਪਾਕ ਹੋ ਸੀ ਮੌਲਾ ਤੇ ਬਿਹਤਰੀਨ ਜ਼ਾਕਰ ਪੜ ਸੀ 11 ਨਵੰਬਰ ਇਨਸ਼ਾਅੱਲਾ ਸਾਲਾਨਾ ਮਜਲਿਸ ਪਾਕ ਮੀਆਂ ਨਾਜ਼ਰ ਅਬਾਸ ਅਬਾਸੀ ਸਾਹਿਬ ਕੇ ਨੇ ਮੁਲਕ ਪਾਕਿਸਤਾਨ ਦੇ ਸ਼ਾਹਬਾਜ਼ ਜ਼ਾਕਰੀ ਖਿਤਾਬ ਫਰਮਾਇਸ਼ਨ ਦੁਆ ਬਰ ਜ਼ਹੂਰ ਇਮਾਮ ਜ਼ਮਾਨਾ ਅਲੈਹ ਸਲਾਤੁ ਵਸਲਾਮ ਅੱਲਾਹੁਮ ਕੁਨ ਵਲੀਕਲ ਹੁਜਤ ਇਬਨ ਅਲ ਹਸਨ ਸਲਵਾਤੁ ਕਾਲਾ ਹੈ ਵਅਲਾ ਬਾਈ ਫਿਆਦ ਸਾਹਿਬ ਯਾ ਰੱਬ ਮੁਹੰਮਦ ਵਾਲ ਮੁਹੰਮਦ ਸਲੇ ਅਲਾ ਮੁਹੰਮਦ ਵਾਲ ਮੁਹੰਮਦ ਦੁਆਵਾਂ ਦੀ ਕਬੂਲੀਅਤ ਦੀ ਖਾਤਰ ਮਿਲ ਕੇ ਸਲਵਾਤ ਪੜੋ ਵਾਲੇ ਮੁਹੰਮਦ ਨਾਰੇ ਤਕਬੀਰ ਜਿਵੇਂ ਅੱਲਾ ਦਾ ਨਾਮ ਬੁਲੰਦੇ ਉਵੇਂ ਬੁਲੰਦ ਆਵਾਜ਼ ਨਾਲ ਨਾਮ ਚੋ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਰਿਸਾਲਤ ਯਾ ਰਸੂਲੱਲਾ ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਹੁਸੈਨੀਅਤ ਯਦੀਦੀਅਤ ਅਹਿਲ ਬੈਤ ਦੇ ਦੁਸ਼ਮਣ ਤੇ ਲਾਨਤ ਹਿੱਕਾ ਸਲਵਾਤ ਪੜੋ ਤੇ ਬਾ ਜਮਾਤ ਮਿਲ ਕੇ ਪੜੋ ਇਜਾਜ਼ਤ ਹੈ ਜੰਨਤ ਦੇ ਵਾਰਸਾਂ ਦਾ ਜ਼ਿਕਰ ਸ਼ੁਰੂ ਕਰੋ ਅੱਲਾਹ ਪਾਕ ਤੁਹਾਡੀ ਕਦਮ ਕਦਮ 'ਤੇ ਮੁਹਾਫਜ਼ਤ ਫਰਮਾਵੇ ਮਾਲਿਕ ਅਲੀ ਉਨ ਵਲੀ ਉੱਲਾ ਪੜ੍ਹਨ ਵਾਲਿਆਂ ਦੀ ਮੁਹਾਫਜ਼ਤ ਫਰਮਾਵੇ 4 ਸਤਰਾਂ ਤੋਂ ਮੈਂ ਡਿਊਟੀ ਦਾ ਆਗਾਜ਼ ਕਰੇਂਦਾ ਅਤੇ ਅੱਛੇ ਮੇਜ਼ਬਾਨ ਦਾ ਕੰਮ ਹੈ ਜੋ ਮਹਿਮਾਨ ਦੀ ਹੌਸਲਾ ਅਫਜ਼ਾਈ ਕਰਨਾ ਚਾਂਸ ਮੇਰਾ ਪਹਿਲਾ ਹੈ ਲੇਕਿਨ ਮਿੰਬਰ 'ਤੇ ਮੈਂ ਪਹਿਲੀ ਵਾਰੀ ਨਹੀਂ ਆਇਆ ਔਰ ਆਪਣੇ ਆਪ ਨੂੰ ਮੈਂ ਖੁਸ਼ ਨਸੀਬ ਆਖਸਾਂ ਜੋ ਮੈਂ ਤੁਸਾਂ ਅਜ਼ਾਦਾਰਾਂ ਦੀ ਜ਼ਿਆਰਤ ਕਰਕੇ ਬਗੈਰਤ ਸ਼ਾਮ ਦਾ ਦਰਬਾਰ ਸਾਰੇ ਇਸ 'ਤੇ ਲਾਨਤ ਕਰੋ ਤੁਹਾਡੇ 'ਤੇ ਮੈਂ ਚੌਥੇ ਇਮਾਮ ਕੋ ਸਜਾਏ ਸਾਡੇ ਸੱਜਾਦ ਤਖਤਾ ਸ਼ਾਹੀ ਹਕੂਮਤ ਬੰਦੇ ਪੈਸਾ ਸਭ ਕੁਛ ਮੇਰੇ ਕੋਲ ਹੈ ਸੱਜਾਦ ਤੇਰੇ ਕੋਲ ਤਾਂ ਕੁਝ ਨਹੀਂ ਸੱਜਾਦ ਤੇਰੇ ਕੋਲ ਤਾਂ ਕੁਝ ਨਹੀਂ ਸੱਜਾਦ ਤੇਰੇ ਕੋਲ ਤਾਂ ਕੁਝ ਨਹੀਂ ਉਸ ਵੇਲੇ ਜਲਾਲ ਆਇਆ ਸੈਦ ਸਾਜਦੀਨ ਕੋ ਹਰਾਮੀ ਦੀ ਅੱਖ ਜਗਵਾ ਕੇ ਪਏ ਫਰਮੇਂਦਰ ਆਲਾ ਹੈ ਤੇਰੇ ਤਖਤ ਸੇ ਜੂਤਾ ਹੁਸੈਨ ਕਾ ਇਹ ਹੱਥ ਦੇ ਤਾਂ ਬਾਦ ਰਹਾ ਬਿਸਮਿਲਾ ਕਰਾ ਬਿਸਮਿਲਾ ਕਰਾ ਯਕੀਨਨ ਹੱਕ ਦਾ ਬਿਸਮਿਲਾ ਕਰਾਂ ਆਲਾ ਹੈ ਤੇਰੇ ਤਖਤ ਸੇ ਜੂਤਾ ਹੁਸੈਨ ਕਾ ਪਿਛਲੇ ਰਸੋ ਅਗਲੀਆਂ 17 ਪੜਸਾ ਆਲਾ ਹੈ ਤੇਰੇ ਤਖਤ ਸੇ ਜੂਤਾ ਹੁਸੈਨ ਕਾ ਚਲਤਾ ਹੈ ਦੋ ਜਹਾਂ ਪੇ ਸਿੱਕਾ ਹੁਸੈਨ ਕਾ ਜ਼ਿੰਦਾਬਾਦ ਰਹੋ ਇਨਸ਼ਾਅੱਲਾ ਬਿਸਮਿਲਾ ਕਰਾਂ ਚਲਤਾ ਹੈ ਦੋ ਜਹਾਂ ਪੇ ਸਿੱਕਾ ਹੁਸੈਨ ਕਾ ਅਗਵਾ ਦੇ ਮਾਂਗਾ ਨਾ ਔਰ ਕੁਛ ਵੀ ਮਾਂਗਾ ਨਾ ਔਰ ਕੁਛ ਵੀ ਬਈਅਤ ਹੀ ਮੰਗ ਲੇ ਅਰੇ ਬੰਨਾ ਪੜਾ ਹੈ ਤੁਝਕੋ ਵੀ ਮੰਗਤਾ ਹੁਸੈਨ ਕਾ ਇਨਸ਼ਾਅੱਲਾ ਜ਼ਿੰਦਾਬਾਦ ਰਹੋ ਇੱਕ ਸੋਹਣੀ ਸਲਵਾਤ ਪੜੋ ਵਾਲੇ ਮੁਹੰਮਦ ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ ਸਾਰੇ ਸ਼ਾਮਿਲ ਹੋਵੋ ਇਬਾਦਤ ਵਿੱਚ أعوذ بالله من الشيطان اللعين الرجيم بسم الله الرحمن الرحيم صلوا تھوڑا ایکو کھلے سو بھائی الحمد لله
मैं तुहाडे उह इमाम ते सलाम पढ़े जिन्हों मुसलमान कई बारी जहर दिती है। रोमन नावे हाय कर छुड़ाए, हाय नावे मजले से बह के सुचाए बैठे, एडे वे घर को मुसलमान एडा सौखा लुट के। क्योंकि मेरा दिल, मैं बड़ी देर थी गए मिंबर ते, हाँ ते कह मुसद्दस नहीं पढ़े, अस्सलातु सोने सकबाल हो गया रोवण वाले अदादारो बिस्मिल्लाह करा। भेड़ मर गई, गुस्सा जारी होया, मैं उमतिया मेरी जबान कुत्ता करने जो गुस्सो ते कितना टाइम लगे, इतना दा चले चार घंटे गुजरे, सजादा दे अम्मा गरीब तू गरीब मैया धोवे चार घंटे तो नहीं लगते, अम्मा कोई मजबूरी बन गई है, बड़े दे बार वही आज सजाद मेरी बड़ी मजबूरी है, तू है कर तेन सदा सुनावा जल्दी करो, शाम दिया बाजारी औरतों सजाओ, उन्होंने
یقیناً کئی معصوم دے ہمارے. بسم اللہ بسم اللہ کر بسم اللہ کر نیاں دے پردے والے سن ہاتھ نہ جوڑ لیا دے حسین اسے بازار وچ ثواب پانی آن دے جڑے ٹر گئے انہاں دے نام ہے اعمال وچ ہوئے ذاکری قیدے قانون مطابق میری مجلس پوری ہے لیکن سختی نال آرڈر ہے جو مجلس پوری پڑھنی ہے اگر دل ہوئے تو میں ایک ادھا قصیدہ تے اس دے بعد پڑھو گا صاحب ایک سونی سلوات پڑھو والے محمد میں علی تے محمد دے ویڑے دے وچ انج نماز مودت ادا کیتی ہے کہے آکھے کہے کو آکھے جبریل دروازے تے آدھا تے آدھا ہی آنا خیات الحسنین میں حسنین دا درزی آ گیا اندر دھیمے جے لے جے آواز یہ درزی ہے تے دروازے تے کھڑ کے انتظار کر میں سیدہ دے گھر دے جھاڑو پہ لے دی اچھا چلو تھوڑا جیا قصیدے دی ایک زمین بڑھاواں حبت دی شاہی چھوڑ کے فوج نال ریایا نال سفر جاری کیتا اور اتھاں حبش بہ کے اپنی کنیزاں کو پیا دیے اج دے بعد اے سوچ گدا ہے جو بندیاں تے شاہی نہیں کرنی فرشتیاں تے شاہی کرنی اے کنیزاں حیران تھن پریشان تھن اے کیویں ہو سکدا ہے فرشتے تے عرشاں تے راندن فرمائے ایک دروازہ ہے جتھے کمی بن کے کھڑے سفر جاری کیتا آ کے مدینے جناب سیداد دروازے تے بہ گئے لطف گنائی گل دا جناب سیداد دروازے تے آ کے بہ گئی
पुत्रा सवाल किया अम्मा एडा वड्डा सफर किया वे अम्मा अंदर नहीं बहना उस वे पुत्रा के पास देख के आदि अगर नीयत पसंद आ गई तो आपे घिन वे से मत नीयत पसंद आ गई कोई माँ सदेंदा है कुछ अरसे दे बाद वाल पुत्र मिलन आए अम्मा अस मिलन आए अंदरों धीमे जले जनाल आवाज है मैं बहर नहीं आना मैं सैयदा दी खरी अम्मा उत्थां हुक्मरान हमें अम्मा तेरे आर्डर चलते हैं अम्मा उत्थां ते इत्थे कोई फर्क नजर आई उस वेले पुत्रां दे पास ले के पई आदी है सैयदा दे दर कीते बीबी दे घर कीते आईया मैं शैया ठुकरा बिस्मिल्लाह करा उबा खोल सैयदा दे दर कीते बीबी दे घर कीते आईया मैं शैया ठुकरा अगुआ दे नौकर रसूल दिया नौकर रसूल दिया दाई मैं बतूल दिया शैया नु करना है का बिस्मिल्लाह करा जरा पुत्रा सवाल किया है उस वेले देख के पई आदी है उन नशाया विच मैनू ओ नहीं मिलिया जेड़ा इत्थे मिलिया है जे जेरे हथां नाल मैं झाड़ू इत्थे दे दिया ओ हथ चूमे के हुसैन मेरी गोद विच बड़े ये गल मैनू आदे दई नहीं तू है मेरे बाप अल्लाह जिनकी दराज फरमावे एक सोनी सलवात पढ़ो वाले मोहम्मद हे अल्लाह वाले सुनो अली वाले सुनो अल्लाह वाले सुनो अली वाले सुनो अल्लाह वाले सुनो अच्छा मैं एक पूरे मुल्क की गल की थी जो मैं एक पढ़े लिखे खानदानी घर का बंदा उलमा हो रहे मुला हो रहे जोड़ा उलमा है जी उन्होंने कदमें जो धूल निकलती है ना वो अखी का सुरमा है तो जोड़ा मुला है वह उल्लू का पट्ठा है आता है अली मेरे जाए अगर जंप ना आवे मैं मत इतना क्यों आया आता है अली मेरे जाए अली मेरे जाए अली मेरे जाए ओ चमल जान दे पहले अल्लाह दे घर में जो तू जम के बिखा मन मोहम्मद बेसर दे सब के लिखा आखो है दर है दर है दर ऐलान कनंदा बिस्मिल्लाह करा पहले अल्लाह दे घर में जो तू जम के बिखा बस मेरा हिस्सा ही आ गया इधर वाले घर गया दस के नबी क्या दस गए गया दस के नबी है मेरी चार भाई अली बात दे जेड़ी जेड़ी शाये सारे मिलके जड़ी जड़ी शाय अल्लाह बादशाह ने खल की थी उन्दों ते वाजिब है जो नबी दा एहतराम अच्छा पाकिस्तान दे कहे कोने च वंजो ना ते कहे डॉक्टर को पूछो बल्कि दुनिया वर्ल्ड च वंजो कहे डॉक्टर को पूछो सिर हलाना वो अक्सी वड्डी मुसीबत है
یہ سچیاں دا ممبر ہے، یہ زبان صرف اسے ذکر واسطے بنی ہے، واجب نبی دا احترام تے اسے نبی دے واجب اپنی دہی دا احترام، اپنی دہی دا احترام، اپنی دہی دا احترام، تے میں کہ گھر اخریا چے دا واجب ادب ہے نبی واسطے، او بتول اٹھ دے ہے بس علی واسطے، اے ہن بولو جے حق ہے، بسم اللہ کر اللہ دیاں دے پر سلامت رکھے، بس اتنا پڑھنا، ایک سلوات پڑھو والے محمد دی ذات آ میری کوٹ دور کی سوات ہے جی میں تمہارے سامنے شروع کر لوٹ کے پیے ہوتا ہے کیا جواب دے میں تیرے سوال ادا
लाल कुछ गया है मेरा यार मातम नहीं आ गया बिस्मिल्लाह 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 करा सारे सिर तो मातम करो बिस्मिल्लाह करा क्या जवाब दे वमैते बिस्मिल्लाह बिस्मिल्लाह चलो रो पायो और रो मनाले आलदारो इत्था बैठा है हुसैन सामने खड़ा है दाव फिर अचानक दिखा है हुसैन आदे दाव फिर बिरा तेरे आमर तू थोड़ा जिया पहले लाज पहले लाज मैं ऐसे गाने दिखाई है ज़ाफ़िर आदम